ਸਵਾਗਤ ਹੈ ਏਕਤਾ ਲਹਿਰ ਨਿਊਜ਼ ਦੇ ਵਿੱਚ। ਏਕਤਾ ਲਹਿਰ ਨਿਊਜ਼ ਨੂੰ ਅਲੱਗ ਅਲੱਗ ਟਾਈਮ ਤੇ ਹਰ ਟਾਈਮ ਮੌਕੇ ਬਮੌਕੇ ਜਿਹੜੀਆਂ ਖਬਰਾਂ ਤੁਹਾਨੂੰ ਮੇਨ ਜਿਹੜੀਆਂ ਦੱਸਦੇ ਰਹਿੰਦੇ ਆ। ਅੱਜ ਜਿਹੜੀ ਖਬਰ ਲੈ ਕੇ ਆਏ ਆ ਅਸੀਂ SMO ਡਾਕਟਰ ਭੁਪਿੰਦਰ ਕੌਰ ਜੀ ਨਕੋਦਰ ਦੇ ਨੇ, ਉਹਨਾਂ ਦੇ ਕੋਲੋਂ ਤਾਜ਼ਾ ਹਾਲਾਤ ਜਾਣਾਂਗੇ ਕਿ ਕੋਵਿਡ ਦੇ ਤਾਜ਼ਾ ਹਾਲਾਤ ਨੇ, ਵੈਕਸੀਨ ਦੇ ਕੀ ਹਾਲਾਤ ਨੇ, ਉਹ ਤੇ ਕਿਸ ਤਰ੍ਹਾਂ ਵੈਕਸੀਨ ਹੋ ਰਹੀ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਡੇ ਕੋਲ ਨਕੋਦਰ ਸ਼ਹਿਰ ਦੇ ਵਿੱਚ ਇਸ ਟਾਈਮ 74 ਐਕਟਿਵ ਕੇਸ ਨੇ, ਜਿਨ੍ਹਾਂ 'ਚੋਂ 70 ਹੋਮ ਆਈਸੋਲੇਟਡ ਨੇ ਅਤੇ 4 ਕੇਸਿਸ ਜਿਹੜੇ ਨੇ ਹੋਸਪਿਟਲਾਈਜ਼ਡ ਨੇ। ਅਤੇ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਕਿ ਜਿਹੜੀ ਸੈਕਿੰਡ ਵੇਵ ਹੈਗੀ ਹੈ, ਬੜੀ ਘਾਤਕ ਵੇਵ ਹੈ ਜਿਹੜੀ ਕਿ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹ ਰਹੇ ਹਾਂ, ਤੁਸੀਂ ਖਬਰਾਂ 'ਚ ਵੀ ਦੇਖ ਰਹੇ ਹੋ। ਸੋ ਪਲੀਜ਼ ਆਪਣਾ ਬਚਾਅ ਰੱਖੋ, ਘਰਾਂ ਤੋਂ ਬਾਹਰ ਨਾ ਨਿਕਲੋ, ਜਦੋਂ ਬਹੁਤ ਜ਼ਰੂਰੀ ਹੋਵੇ ਤਾਂ ਹੀ ਨਿਕਲੋ, ਮਾਸਕ ਪਾ ਕੇ ਰੱਖੋ, ਸੋਸ਼ਲ ਡਿਸਟੈਂਸ ਮੇਨਟੇਨ ਕਰੋ ਅਤੇ ਹੱਥ ਬਾਰ ਬਾਰ ਸਾਫ਼ ਕਰੋ। ਮੈਡਮ ਇੱਕ ਹੋਰ ਜ਼ਰੂਰੀ ਜਿਹੜੀ ਜ਼ਰੂਰੀ ਅੱਜ ਸਾਡੀ ਰਿਕਵਰੀ ਕਰਨ ਦਾ ਜ਼ਰੂਰੀ ਕਾਰਨ ਇਹ ਆ ਵੀ 18+ ਜਿਹੜਾ ਟੀਕਾਕਰਨ ਆ ਉਹ ਕਿਹਨਾਂ ਦਾ ਹੋ ਰਿਹਾ ਅਤੇ ਕਿਸ ਤਰ੍ਹਾਂ ਹੋ ਰਿਹਾ? 18+ ਟੀਕਾਕਰਨ ਸੋਮਵਾਰ ਤੋਂ ਸ਼ੁਰੂ ਹੋਇਆ ਆਪਣੇ ਪੰਜਾਬ ਵਿੱਚ, ਅਤੇ ਸਭ ਤੋਂ ਪਹਿਲਾਂ ਇਹ ਕੰਸਟਰਕਸ਼ਨ ਵਰਕਰਸ ਦਾ ਹੋ ਰਿਹਾ, ਜਿਹਦੇ ਵਿੱਚ ਕਿ ਲੇਬਰ ਡਿਪਾਰਟਮੈਂਟ ਦੇ ਓਫੀਸ਼ੀਅਲਸ ਬੈਠੇ ਹੋਏ ਆ, ਉਹ ਵੈਰੀਫਾਈ ਕਰਦੇ ਆ ਕੋਈ ਰਜਿਸਟਰਡ ਲੇਬਰ ਹੈ, ਉਹਨਾਂ ਦਾ ਹੀ ਟੀਕਾਕਰਨ ਐਜ਼ ਆਫ ਨਾਓ ਹੋ ਰਿਹਾ ਹੈ। ਅਤੇ ਗ੍ਰੈਜੂਅਲੀ ਬਾਕੀ ਕੈਟੇਗਰੀਜ਼ ਲਈ ਵੀ ਇਹ ਖੋਲ੍ਹ ਦਿੱਤਾ ਜਾਏਗਾ, ਜਿਸ ਤਰ੍ਹਾਂ ਕਿ ਕੋਮੋਰਬਿਡਿਟੀਜ਼ ਵਾਲਿਆਂ ਲਈ ਖੋਲ੍ਹਿਆ ਜਾਏਗਾ, ਕੋਮੋਰਬਿਡਿਟੀਜ਼ ਜਿਹੜੇ ਕਿ ਜਿਹਨਾਂ ਨੂੰ ਕਿ ਹੋਰ ਬਿਮਾਰੀਆਂ ਨੇ ਜਾਂ ਹੋਰ ਲਈ, ਗ੍ਰੈਜੂਅਲੀ ਖੋਲ੍ਹਿਆ ਜਾਏਗਾ। ਐਜ਼ ਆਫ ਨਾਓ ਸਿਰਫ ਜਿਹੜੇ ਕੰਸਟਰਕਸ਼ਨ ਵਰਕਰਸ ਨੇ ਉਹਨਾਂ ਦਾ ਹੀ ਹੋ ਰਿਹਾ 18-45 ਸਾਲ ਦੇ ਏਜ ਗਰੁੱਪ ਵਿੱਚ। ਮੈਡਮ ਸਿੱਧੇ ਤੌਰ 'ਤੇ ਕਹਿ ਸਕਦੇ ਜਿਹੜੀ 18+ ਵਾਲੇ ਆਮ ਨਾਗਰਿਕਾਂ ਲਈ ਟੀਕਾਕਰਨ ਨਹੀਂ ਹੈਗਾ? ਹਾਂ, ਅਜੇ ਆਮ ਨਾਗਰਿਕਾਂ ਲਈ 18-45 ਵਾਲਾ ਏਜ ਗਰੁੱਪ ਨਹੀਂ ਖੁੱਲ੍ਹਾ, ਆਮ ਨਾਗਰਿਕਾਂ ਲਈ 45 ਸਾਲ ਤੋਂ ਉੱਪਰ ਦਾ ਹੀ ਖੁੱਲ੍ਹਾ ਹੈ। ਮੈਡਮ ਆਕਸੀਜਨ ਦਾ ਵੀ ਆਪਣੇ ਕੋਲ ਆਕਸੀਜਨ ਦਾ ਆਪਣੇ ਕੋਲ ਨਕੋਦਰ ਸਿਵਲ ਹਸਪਤਾਲ ਵਿੱਚ ਤਾਂ ਪ੍ਰਾਪਤ ਮਾਤਰਾ ਵਿੱਚ ਆਕਸੀਜਨ ਹੈ। ਆਪਣਾ ਹੋਸਪਿਟਲ ਜਿਹੜਾ ਹੈ ਕਿ ਨੋਨ ਕੋਵਿਡ ਹੋਸਪਿਟਲ ਹੈ, ਕੋਵਿਡ ਹੋਸਪਿਟਲ ਨਹੀਂ ਹੈ, ਸੋ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਸਾਡੇ ਪਾਸ ਆਕਸੀਜਨ ਹੈ। ਮੈਡਮ ਤਕਰੀਬਨ ਸੈਂਪਲਿੰਗ ਕਿੰਨੀ ਹੋ ਰਹੀ ਹੈ ਆਪਣੇ ਕੋਲ? ਸੈਂਪਲਿੰਗ ਤਕਰੀਬਨ 200 ਦੇ ਆਸ ਪਾਸ, 200-250 ਦੇ ਵਿੱਚ ਰੋਜ਼ ਆਪਣੇ ਕੋਲ ਸੈਂਪਲਿੰਗ ਹੋ ਰਹੀ ਹੈ। ਰੈਪਿਡ ਟੈਸਟ ਵੀ ਹੋ ਰਹੇ, RT-PCR ਵੀ ਹੋ ਰਹੇ, ਦੋਨੋਂ ਤਰ੍ਹਾਂ ਦੇ ਟੈਸਟ ਹੋ ਰਹੇ ਹੈ। ਮੈਡਮ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿੰਨੇ ਐਕਟਿਵ ਕੇਸ ਹਨ ਨਕੋਦਰ ਦੇ ਵਿੱਚ? ਨਕੋਦਰ ਦੇ ਵਿੱਚ ਇਸ ਟਾਈਮ 74 ਐਕਟਿਵ ਕੇਸ ਨੇ, ਜਿਨ੍ਹਾਂ ਵਿੱਚੋਂ ਕਿ 70 ਹੋਮ ਆਈਸੋਲੇਟਡ ਨੇ, ਮਤਲਬ ਆਪਣੇ ਘਰਾਂ 'ਚ ਰਹਿ ਰਹੇ ਨੇ, ਅਤੇ 4 ਜਿਹੜੇ ਨੇ ਹੋਸਪਿਟਲਾਈਜ਼ਡ ਨੇ ਪੇਸ਼ੈਂਟ ਸਾਡੇ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਸਾਡੇ ਨਾਲ ਡਾਕਟਰ SMO ਭੁਪਿੰਦਰ ਕੌਰ ਜੀ, ਸਿਵਲ ਸਰਜਨ ਜੋ ਨਕੋਦਰ ਦੇ ਨੇ। ਇਹਨਾਂ ਨੇ ਦੱਸਿਆ ਇਸ ਵਕਤ ਜਿਹੜੇ ਐਕਟਿਵ ਕੇਸ ਆ ਉਹ 74 ਜਾਣੀ ਕਿ 74 ਕੇਸ ਨੇ। 18+ ਦੇ ਆਮ ਨਾਗਰਿਕਾਂ ਦੇ ਹਾਲੇ ਟੀਕਾਕਰਨ ਨਹੀਂ ਹੋ ਰਿਹਾ, ਜੋ ਹੋ ਰਿਹਾ ਇਹਨਾਂ ਨੇ ਦੱਸ ਦਿੱਤਾ। ਇਸ ਤੋਂ ਇਲਾਵਾ ਜੇ ਹੋਰ ਵੀ ਕੋਈ ਅਗਲੀ ਖਬਰ ਹੋਈ ਤੁਹਾਨੂੰ ਦੱਸੀ ਜਾਵੇਗੀ। ਕੈਮਰਾ ਪਰਸਨ ਸੁਮਿਤ ਧਿੰਗੜਾ ਦੇ ਨਾਲ ਸ਼ਸ਼ੀਲ ਧਿੰਗੜਾ, ਏਕਤਾ ਲਹਿਰ ਨਿਊਜ਼ ਨਕੋਦਰ।